ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ ਕਟਨਾਵਾ ਤੇ ਵਿਆਖਿਆਵਾਂ ਪਹਿਲੀ ਵਿਆਖਿਆ ਕਿਸੇ ਦੀ ਲੰਮੀ ਉਮਰ ਦੀ ਕਾਮਨਾ ਕਰਨ ਦਾ ਰਿਵਾਜ ਉਦੋਂ ਪਿਆ ਜਦੋਂ ਬੱਚੇ ਬਚਪਨ 'ਚ ਹੀ ਮਰ ਜਾਂਦੇ ਸਨ ਮੌਤ ਮਗਰੋਂ ਹੋਰਾਂ ਵੱਲੋਂ ਯਾਦ ਕੀਤੇ ਜਾਣ ਦੀ ਤਾਂਗ ਵੀ ਵਿਸ਼ਵਵਿਆਪੀ ਬਰਤਾਰ ਹੈ ਇਹ ਇੱਛਾ ਵੀ ਜਿਉਂਦੇ ਰਹਿਣ ਦੀ ਤਾਂਗ ਦਾ ਹੀ ਬਦਲਿਆ ਹੋਇਆ ਰੂਪ ਹੈ ਇਸ ਕਾਰਨ ਹੀ ਲੋਕ ਆਪਣੇ ਇਰਾਦੇ ਉੱਚੇ ਰੱਖਦੇ ਸਨ ਕੁਰਬਾਨੀਆਂ ਵਾਲੇ ਕਾਰਜ ਕਰਦੇ ਤੇ ਜਦੋਂ ਸਦਾ ਜਿਉਂਦੇ ਰਹਿਣਾ ਸੰਭਵ ਨਹੀਂ ਰਹਿੰਦਾ ਉਦੋਂ ਯਾਦ ਕੀਤੇ ਜਾਣ ਤੇ ਯਾਦ ਰੱਖੇ ਜਾਣ ਦੀ ਸੰਭਾਵਨਾ ਬੜਾ ਤਰਵਾਸ ਦਿੰਦੀ ਹੈ ਸੰਤਾਨ ਪ੍ਰਾਪਤੀ ਦੀ ਇੱਛਾ ਵੀ ਇਸੇ ਉਦੇਸ਼ ਅਧੀਨ ਹੁੰਦੀ ਹੈ ਸੰਤਾਨ ਸਾਡਾ ਹੀ ਰੂਪ ਹੁੰਦੀ ਹੈ ਜਿਸ ਰਾਹੀਂ ਅਸੀਂ ਮਰ ਕੇ ਵੀ ਜਿਉਂਦੇ ਰਹਿੰਦੇ ਹਾਂ ਅਗਲੀ ਘਟਨਾ ਮੋਨਾਲੀਜ਼ਾ ਵਾਲਾ ਵਿਸ਼ਵ ਪ੍ਰਸਿੱਧ ਚਿੱਤਰਕਾਰ ਲਿਓਨਾਰਡੋ ਆਪਣੇ ਪਿਤਾ ਦੇ ਕਿਸੇ ਔਰਤ ਨਾਲ ਸਬੰਧਾਂ ਤੋਂ ਪੈਦਾ ਹੋਈ ਨਜਾਇਜ਼ ਔਲਾਦ ਸੀ ਜਿਸ ਕਾਰਨ ਉਹ ਕਿਸੇ ਵਿਦਿਅਕ ਸੰਸਥਾ 'ਚ ਦਾਖਲ ਨਹੀਂ ਸੀ ਹੋ ਸਕਦਾ ਪਿਤਾ ਅਰਜੀ ਨਵੀਸ ਹੋਣ ਕਰਕੇ ਬਾਹਰ ਅਦਾਲਤਾਂ 'ਚ ਹੁੰਦਾ ਸੀ ਜਿਸ ਕਾਰਨ ਲਿਓਨਾਰਡੋ ਨੇ ਆਪਣਾ ਬਚਪਨ ਨੇੜਲੇ ਪਿੰਡਾਂ ਜੰਗਲਾਂ 'ਚ ਪਸ਼ੂਆਂ ਪੰਛੀਆਂ ਫਲਾਂ ਫੁੱਲਾਂ ਦਰਖਤਾਂ ਪਹਾੜਾਂ ਚਰਨਿਆਂ ਦੀ ਦੁਨੀਆ 'ਚ ਗੁਜ਼ਾਰਿਆ ਪਿਤਾ ਦੀ ਅਰਜੀ ਨਵੀਸ ਹੋਣ ਕਾਰਨ ਘਰ 'ਚ ਰੰਗ-ਬਰੰਗੇ ਕਾਗਜ਼ ਤੇ ਪੈਨਸਲਾਂ ਆਮ ਸੀ ਉਹ ਜੋ ਕੁਝ ਵੇਖਦਾ ਉਹਨੂੰ ਕਾਗਜ਼ ਤੇ ਉੱਕਰਨ ਲੱਗ ਪੈਂਦਾ ਸੀ ਫੁੱਲਾਂ ਨੂੰ ਚਿੱਤਰਦਿਆਂ ਰੰਗਾਂ ਪੱਤੀਆਂ ਦੇ ਸੂਖਮ ਵੇਰਵਿਆਂ ਵਿੱਚ ਉਹਦੀ ਵਿਸ਼ੇਸ਼ ਦਿਲਚਸਪੀ ਸੀ ਕਿਸੇ ਪੰਛੀ ਦਾ ਨਕਸ਼ ਚਿੱਤਰਨ ਤੋਂ ਪਹਿਲਾਂ ਉਹ ਕਈ ਨਕ ਬਣਾਉਂਦਾ ਸੀ ਉਹ ਵਿਅਕਤੀਆਂ ਦੇ ਨੈਣ ਨਕਸ਼ਾ ਤੋਂ ਉਹਨਾਂ ਦੀ ਮਾਨਸਿਕ ਹਾਲਤ ਦਰਸਦਾ ਸੀ ਮਿੱਟੀ ਦੇ ਪੁਰਸ਼ ਤੇ స్తਰੀਆਂ ਬਣਾ ਕੇ ਉਹਨਾਂ ਉੱਤੇ ਕੱਪੜੇ ਪਾ ਕੇ ਉਹ ਸਿਲਵਟਾਂ ਚਿੱਤਰਦਾ ਸੀ। ਉਹਦੀ ਨਿੱਕੇ ਨਿੱਕੇ ਬਾਰੀਕ ਸੁਖਮ ਵੇਰਵੇ ਤੇ ਚਿੱਤਰ ਚਿੱਤਰਣ ਦੀ ਮਹਾਰਤ ਨੂੰ ਵੇਖ ਕੇ ਪਿਤਾ ਨੇ ਉਹਨੂੰ ਕਲਾ ਦੇ ਕੇਂਦਰ ਫਲੋਰੈਂਸ ਵਿੱਚ ਇੱਕ 우ਸਤਾਦ ਚਿੱਤਰਕਾਰ ਦਾ ਸ਼ਾਗਿਰਦ ਬਣਵਾ ਦਿੱਤਾ। ਉਹ ਮਨੁੱਖ ਦਾ ਚਿਹਰਾ ਅੰਦਰੋਂ ਚਿੱਤਰਦਾ ਸੀ। ਤੁਰਦੇ ਬੰਦੇ ਦਾ ਚਿਹਰਾ ਬੈਠੇ ਬੰਦੇ ਦੇ ਚਿਹਰੇ ਨਾਲੋਂ ਵੱਖਰਾ ਹੁੰਦਾ ਹੈ। ਉਹ ਇਸ ਵੱਖਰੇਵੇਂ ਨੂੰ ਚਿੱਤਰਣ ਦਾ ਮਾਹਿਰ ਸੀ। ਉਹ ਬਾਜ਼ਾਰ ਦੀ ਨੁੱਕਰ 'ਚ ਬਹਿ ਕੇ ਆ ਜਾ ਰਹੇ ਲੋਕਾਂ ਦੇ ਚਿਹਰੇ નિਹਾਰਦਾ ਸੀ ਤੇ ਕੁਝ ਲੱਕੀ ਰਾਮ ਨਾਲ ਹੀ ਉਹਨਾਂ ਦੇ ਚਿਹਰੇ ਫੜ ਲੈਂਦਾ ਸੀ ਤੇ ਘਰ ਜਾ ਕੇ ਵੇਰਵੇ ਤੇ ਰੰਗ ਭਰਦਾ ਸੀ ਕੋਈ ਐਵੀਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਲੈਂਦਾ ਅਗਲੀ ਵਿਆਖਿਆ ਮਰਜ਼ੀ ਤੇ ਕਰਤੱਵ ਵਿੱਚ ਸਪਸ਼ਟ ਅੰਤਰ ਹੁੰਦਾ ਹੈ ਮਰਜ਼ੀ ਵਾਲਾ ਕਾਰਜ ਜਦੋਂ ਚਾਹੀਏ ਉਦੋਂ ਕੀਤਾ ਜਾ ਸਕਦਾ ਨਾ ਚਾਹੀਏ ਤਾਂ ਕਰਨ ਦੀ ਮਜਬੂਰੀ ਨਹੀਂ ਹੁੰਦੀ ਪਰ ਕਰਤੱਵ ਦਾ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ ਦਿਲ ਕਰੇ ਨਾ ਕਰੇ ਉਹ ਕੀਤਾ ਜਾਂਦਾ ਨਾ ਬਹਾਨਾ ਲਾਇਆ ਜਾਂਦਾ ਨਾ ਸੁਣਿਆ ਜਾਂਦਾ ਕਰਤੱਵ ਪਾਲਣ ਦੀ ਪ੍ਰਸ਼ੰਸਾ ਨਹੀਂ ਹੁੰਦੀ ਨਾ ਪਾਲਣ ਦੀ ਨਿੰਦਾ ਹੋਏਗੀ ਸਫਲ ਵਿਅਕਤੀ ਮਰਜ਼ੀ ਨੂੰ ਵੀ ਕਰਤੱਵ ਬਣਾ ਲੈਂਦੇ ਹੈ ਅਸਫਲ ਵਿਅਕਤੀ ਕਰਤੱਵ ਨੂੰ ਵੀ ਮਰਜ਼ੀ ਸਮਝ ਲੈਂਦੇ ਹੈ ਅਗਲੀ ਵਿਆਖਿਆ ਹਰੇਕ ਸਮਾਜ ਦੇਸ਼ ਵਿੱਚ ਫੈਲਣ ਵਾਲੀਆਂ ਅਫਵਾਹਾਂ ਉਸ ਦੇਸ਼ ਸਮਾਜ ਦੀ ਸੂਝ-ਬੂਝ ਦੇ ਪੱਧਰ ਅਨੁਸਾਰ ਹੁੰਦੀਆਂ ਉਸੇ ਪੱਧਰ ਨੂੰ ਪ੍ਰਗਟਾਉਂਦੀਆਂ ਹਨ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਤੇ ਪਿਛਲੇ ਜਨਮ ਦੀਆਂ ਗੱਲਾਂ ਦੱਸਣ ਵਾਲੇ ਬੱਚਿਆਂ ਸੰਬੰਧੀ ਅਫਵਾਹਾਂ ਭਾਰਤ ਵਿੱਚ ਹੀ ਫੈਲ ਸਕਦੀਆਂ ਹਨ ਕਿਸੇ ਮੁਸਲਮਾਨ ਦੇਸ਼ 'ਚ ਨਹੀਂ ਇਸਲਾਮ ਵਿੱਚ ਇੱਕ ਹੀ ਜੀਵਨ ਦਾ ਸੰਕਲਪ ਹੈ ਤੇ ਉੱਥੇ ਮੂਰਤੀ ਪੂਜਾ ਵੀ ਨਹੀਂ ਹੈ ਅਗਲੀ ਘਟਨਾ ਵੇਖਣ ਦੀ ਲੋੜ ਹੁੰਦੀ ਹੈ ਅਵਸਰ ਸਾਹਮਣੇ ਹੁੰਦਾ ਹੈ ਦੇਸ਼ਵਾਂਡੂ ਪਰੰਤ ਸ਼ਰਨਾਰਥੀ ਕੈਂਪ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਵੇਖਿਆ ਕਿ ਸ਼ਰਨਾਰਥੀਆਂ ਕੋਲ ਆਟਾ ਦਾਲ ਆਦ ਰੱਖਣ ਲਈ ਟੱਕਣ ਵਾਲਾ ਕੋਈ ਭਾਂਡਾ ਡੱਬਾ ਨਹੀਂ ਸੀ ਉਹਨੇ ਕਿਉ ਦੇ ਖਾਲੀ ਪੀਪਿਆਂ ਪੀਪਿਆਂ ਨੂੰ ਟੱਕਣ ਲਾਉਣ ਦਾ ਕੰਮ ਆਰੰਭਿਆ ਇਸੇ ਕੰਮ ਨਾਲ ਕਾਮਯਾਬ ਵਪਾਰੀ ਬਣ ਗਿਆ ਜਿਸ ਵਪਾਰ ਵਿੱਚ ਲੋਕਾਂ ਦੀ ਕੋਈ ਲੋੜ ਪੂਰੀ ਹੁੰਦੀ ਹੋਵੇ ਉਹ ਸਫਲ ਹੀ ਹੁੰਦਾ ਹੈ ਅਗਲੀ ਘਟਨਾ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਰਜਵਾੜਿਆਂ ਕਰਮਚਾਰੀਆਂ ਤੇ ਸਧਾਰਨ ਲੋਕਾਂ ਲਈ ਅਦਾਲਤਾਂ ਹੀ ਨਹੀਂ ਕਾਨੂੰਨ ਵੀ ਵੱਖਰੇ ਹੁੰਦੇ ਸੀ ਭਾਰਤ ਵਿੱਚ ਵੀ ਮੁਗਲਾਂ ਦੇ ਜ਼ਮਾਨੇ 'ਚ ਹਿੰਦੂਆਂ ਤੇ ਮੁਸਲਮਾਨਾਂ ਲਈ ਕਾਨੂੰਨ ਵੱਖਰੇ ਸਨ ਮੁਗਲਾਂ ਤੋਂ ਪਹਿਲਾਂ ਕਾਨੂੰਨ ਜਾਤ ਆਧਾਰਿਤ ਸਨ ਜੇ ਬ੍ਰਾਹਮਣ ਕਿਸੇ ਸ਼ੂਦਰ ਦਾ ਕਤਲ ਕਰਦਾ ਸੀ ਤਾਂ ਬ੍ਰਾਹਮਣ ਨੂੰ ਸਜ਼ਾ ਨਹੀਂ ਸੀ ਹੁੰਦੀ ਤੇ ਜੇ ਕੋਈ ਬ੍ਰਾਹਮਣ ਕਿਸੇ ਨੀਵੀਂ ਜਾਤ ਦੀ ਔਰਤ ਨਾਲ ਸੰਬੰਧ ਬਣਾਉਂਦਾ ਸੀ ਤਾਂ ਸਜ਼ਾ ਔਰਤ ਨੂੰ ਹੁੰਦੀ ਸੀ ਅਗਲੀ ਵਿਆਖਿਆ ਸੜਕਾਂ ਕਿਉਂ ਬਣਾ ਰਹੇ ਹੋ ਢੋਣ ਵਾਲੀ ਕੋਈ ਚੀਜ਼ ਤਾਂ ਹੈ ਨਹੀਂ ਕੋਈ ਚੀਜ਼ ਕਿਵੇਂ ਬਣਾਈ ਟੁਆ ਟੁਆ ਲਈ ਕੋਈ ਸੜਕ ਤਾਂ ਹੈ ਨਹੀਂ ਤੇ ਜਦੋਂ ਇੱਕ ਗੱਲ ਕਰੋਗੇ ਦੂਜੀ ਗੱਲ ਤੀਜੀ ਗੱਲ ਫਿਰ ਚੌਥੀ ਗੱਲ ਆਪੇ ਵਾਪਰਨ ਲੱਗ ਪੈਗੀ ਸੜਕ ਬਣेंगी ਟੁਆ ਟੁਆ ਆਪੇ ਰੰਭ ਹੋ ਜਾਏਗੀ ਗੋਦਾਮ ਬਣ ਜਾਣਗੇ ਢਾਬੇ ਹੋਟਲ ਖੁੱਲ ਜਾਣਗੇ ਬੈਂਕ ਆ ਜਾਣਗੇ ਆਬਾਦੀ ਹੋ ਜਾਏਗੀ ਬਾਜ਼ਾਰ ਬਣ ਜਾਏਗਾ ਰੋਜ਼ਗਾਰ ਉਪਜਣਗੇ ਤਾਮਿਲਨਾਡੂ ਵਿੱਚ ਇੱਕ ਲੰਮੀ ਜਰਨੈਲੀ ਸੜਕ ਨੇ ਪਛੜੇ ਹੋਏ ਤਾਮਿਲਨਾਡੂ ਵਿੱਚ ਖੁਸ਼ਹਾਲੀ ਲਿਆ ਕੇ ਤਾਮਿਲਨਾਡੂ ਨੂੰ ਸਭ ਤੋਂ ਵਧੇਰੇ ਸ਼ਹਿਰੀ ਰਾਜ ਬਣਾ ਦਿੱਤਾ ਅਗਲੀ ਵਿਆਖਿਆ ਮਾਪਿਆਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਵਕਤ ਬਦਲ ਗਿਆ ਹੈ ਵਕਤ ਦੇ ਬਦਲਣ ਨਾਲ ਚੀਜ਼ਾਂ ਵਸਤਾਂ ਤੇ ਤਰਜੀਹਾਂ ਬਦਲ ਜਾਂਦੀਆਂ ਹਨ ਮਾਪਿਆਂ ਨੂੰ ਆਪਣੇ ਜ਼ਮਾਨੇ ਦੇ ਅਸੂਲ ਭਾਵੇਂ ਉਸ ਸੁਨਹਿਰੀ ਅਸੂਲ ਹੀ ਹੋਣ ਬੱਚਿਆਂ ਤੇ ਠੋਸਣੇ ਨਹੀਂ ਚਾਹੀਦੇ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਬੱਚੇ ਤੇ ਵਰਤਮਾਨ ਦੇ ਨਾਗਰਿਕ ਬਣਨ ਦੇਣਾ ਚਾਹੀਦਾ ਹੈ ਇਹ ਜ਼ਿੱਦ ਨਹੀਂ ਕਰਨੀ ਚਾਹੀਦੀ ਕਿ ਸਾਡੇ ਬੱਚੇ ਸਾਡੇ ਵਰਗੇ ਹੋਣ ਸਾਡੇ ਵਾਲੇ ਪੜਾਈ ਸਾਡੇ ਵਾਲੀ ਪੜਾਈ ਕਰਨ ਸਾਡੇ ਵਾਲਾ ਕੀਤਾ ਅਪਣਾਉਣ ਸਾਡੇ ਵਾਂਗ ਕਮਾਉਣ ਸਾਡੇ ਵਾਂਗ ਖਰਚਣ ਤੇ ਸਾਡੇ ਵਾਂਗ ਵਰਤੋਂ ਵਿਹਾਰ ਕਰਨ ਸੰਤਾਨ ਨੂੰ 25 ਸਾਲ ਦੀ ਉਮਰ ਉਪਰੰਤ ਨਾ ਸਾਡੀ ਨਿਗਰਾਨੀ ਦੀ ਲੋੜ ਹੁੰਦੀ ਹੈ ਨਾ ਹੀ ਸਾਡੇ ਚ ਉਹਨਾਂ ਦੇ ਆਗੂ ਬਣਨ ਦੀ ਯੋਗਤਾ ਹੁੰਦੀ ਹੈ ਜੇ ਉਸਲਾਹ ਪੁੱਛਦੇ ਹਨ ਤਾਂ ਆਪਣੇ ਧੰਨ ਭਾਗ ਸਮਝੋ ਤੇ ਨਹੀਂ ਪੁੱਛਦੇ ਤਾਂ ਮਾਣ ਕਰੋ ਕਿ ਆਪਣੇ ਫੈਸਲੇ ਆਪ ਕਰਨ ਦੇ ਯੋਗ ਹਨ ਆਪਣੇ ਨਫੇ ਨੁਕਸਾਨ ਦੇ ਆਪ ਜ਼ਿੰਮੇਵਾਰ ਅਗਲੀ ਘਟਨਾ ਮਾਈਕਲ ਐਂਜਲੋ ਹੈ ਮੂਰਤੀਕਾਰ ਸੀ ਪਰ ਉਹਨੇ ਆਪਣੇ ਸਮਿਆਂ ਵਿੱਚ ਉਹ ਸਾਰੇ ਸਭ ਤੋਂ ਸ਼ਾਹਾਨਾ ਪੋਪ ਦੇ ਗਿਰਜ਼ੇ ਦੀ ਲਗਭਗ 6000 ਫੁੱਟ ਛੱਤ ਤੇ ਬਾਈਬਲ ਵਿੱਚ ਲੀਆਂ ਕਥਾਵਾਂ ਨੂੰ ਚਿੱਤਰ ਕੇ ਸਾਕਾਰ ਕੀਤਾ। ਉਹਨੇ ਇਹ ਕਥਾਵਾਂ ਇੰਨੇ ਪੱਕੇ ਤੇ ਸਜੀਵ ਰੰਗਾਂ 'ਚ ਚਿੱਤਰੀਆਂ ਸਨ ਕਿ ਸਦੀਆਂ ਮਗਰੋਂ ਵੀ ਉਹਦੇ ਚਿੱਤਰ ਨਵੇਂ ਲੱਗਦੇ ਹਨ। ਉਹਨੇ ਫਰਸ਼ ਤੋਂ ਲਗਭਗ 200 ਫੁੱਟ ਉੱਚੇ ਪੌੜੀਆਂ ਦੇ ਢਾਂਚੇ ਤੇ ਖਲੋ ਕੇ ਗਰਦਨ ਉੱਪਰ ਕਰਕੇ ਛੱਤ ਨੂੰ ਚਿੱਤਰਿਆ ਸੀ। ਇਸ ਕਾਰਜ ਵਿੱਚ ਸਾਲਾਂ ਪਰ ਅੱਖਾਂ 'ਚ ਰੋਗਣ ਡਿੱਗਦੇ ਰਹਿਣ ਕਾਰਨ ਉਹ ਲਗਭਗ ਅੰਨ੍ਹਾ ਹੋ ਗਿਆ ਸੀ। ਅਗਲੀ ਘਟਨਾ ਬਹੁਤੇ ਧਰਮ ਨਿਰਾਸ਼ਾਵਾਦੀ ਹਨ। ਇਸਲਾਮ ਤਾਂ ਹੈ ਹੀ ਸੋਗ ਦਾ ਧਰਮ। ਇਸਲਾਮ ਦੀਆਂ ਸਾਰੀਆਂ ਪ੍ਰਸਿੱਧ ਇਮਾਰਤਾਂ ਮਕਬਰੇ ਹਨ। ਭਾਰਤ ਦੇ ਧਰਮ ਤਿਹਾੜੀ ਤੇ ਫਲਸਫੇ ਆਸ਼ਾਵਾਦੀ ਹਨ। ਤੇ ਜਸ਼ਨ ਹਨ। ਇੱਥੇ ਸ਼ਹੀਦੀਆਂ ਵੀ ਤੇ ਬਲੀਦਾਨ ਵੀ बनवास ਵੀ ਤੱਤیاں ਤਵੀਆਂ ਵੀ ਚਾਂਦਨੀ ਚੌਕ ਵੀ ਤੇ ਸਰਹੰਦیاں ਨੀਆਂ ਵੀ ਚਮਕੌਰ ਦੀਆਂ ਗੜੀਆਂ ਵੀ ਫਾਂਸੀ ਦੇ ਤਖਤੇ ਵੀ ਸੋਗ ਨਹੀਂ ਉਤਸ਼ਾਹ ਨਾਲ ਯਾਦ ਕੀਤੇ ਜਾਂਦੇ ਹਨ ਛਬੀਲਾਂ ਲਾਈਆਂ ਜਾਂਦੀਆਂ ਹਨ ਲੰਗਰ ਵਰਤਾਏ ਜਾਂਦੇ ਹਨ ਗਲਵਕੜੀਆਂ ਪਾਈਆਂ ਜਾਂਦੀਆਂ ਹਨ ਜੈਕਾਰੇ ਗੂੰਜਾਏ ਜਾਂਦੇ ਹਨ ਅਗਲੀ ਵਿਆਖਿਆ ਜੇ ਕੋਈ ਵਿਗਿਆਨੀ ਕਿਸੇ ਵਿਗਿਆਨਕ ਘਾੜਤ ਜਾਂ ਸਿਧਾਂਤ ਲਈ ਪ੍ਰਸਿੱਧ ਹੋ ਜਾਏ ਤੇ ਅਗਲੇਰੀ ਖੋਜ ਵਿੱਚ ਕਿਸੇ ਪਰਖ ਰਾਈ ਜਾਣ ਜਾਏ ਕਿ ਉਹਦੇ ਸਿਧਾਂਤ ਵਿੱਚ ਦੋਸ਼ ਜਾਂ ਨੁਕਸ ਹੈ ਤਾਂ ਇਸ ਬਾਰੇ ਉਹ ਆਪ ਦੱਸਦਾ ਜਿਸ ਕਾਰਨ ਉਹਦੀ ਪ੍ਰਸ਼ੰਸਾ ਹੁੰਦੀ ਹੈ ਜੇ ਉਹ ਨਹੀਂ ਦੱਸਦਾ ਤਾਂ ਕੋਈ ਹੋਰ ਦੱਸ ਦਏਗਾ ਨਿੰਦਾ ਹੋਏਗੀ ਵਿਗਿਆਨ 'ਚ ਗਲਤ ਉੱਤਰ ਦੇਣ ਨਾਲੋਂ ਇਹ ਕਹਿਣਾ ਵਧੇਰੇ ਸਨਮਾਨਯੋਗ ਹੁੰਦਾ ਹੈ ਕਿ ਮੈਨੂੰ ਪਤਾ ਨਹੀਂ ਕਿਉਂਕਿ ਗਲਤ ਉੱਤਰ ਨਹੀਂ ਗਲਤ ਸਾਬਤ ਹੋ ਹੀ ਜਾਣਾ ਹੁੰਦਾ ਹੈ ਇਵੇਂ ਹੋਣਾ ਕਰਨਾ ਵਿਗਿਆਨੀ ਤੇ ਵਿਗਿਆਨ ਦੀ ਸ਼ਕਤੀ ਹੈ ਪਰ ਧਰਮ ਗ੍ਰੰਥ ਕਿਸੇ ਸੋਧ ਨੂੰ ਪਰਵਾਹ ਨਹੀਂ ਕਰਦੇ ਅਗਲੀ ਵਿਆਖਿਆ ਹਰੇਕ ਉਦਾਸੀ ਵੱਖਰੀ ਕਿਸਮ ਦਾ ਰੋਗ ਹੁੰਦੀ ਹੈ ਇਸ ਦੌਰਾਨ ਵਿਅਕਤੀ ਇਕੱਲਾ ਮਹਿਸੂਸ ਕਰਦਾ ਹੈ ਉਹਦਾ ਕਿਸੇ ਨਾਲ ਬੋਲਣ ਕਿਧਰੇ ਜਾਣ ਕੁਝ ਕਰਨ ਕੁਝ ਖਾਣ ਨੂੰ ਮਨ ਨਹੀਂ ਕਰਦਾ ਕਿਸੇ ਦਾ ਸਾਥ ਮੰਨਣ ਜਾਂ ਕਿਸੇ ਦਾ ਸਾਥ ਬਣਨ ਦੀ ਇੱਛਾ ਨਹੀਂ ਹੁੰਦੀ ਉਆਲੇ ਦੁਆਲੇ ਨੂੰ ਵੇਖਦਾ ਜ਼ਰੂਰ ਹੈ ਪਰ ਉਹਨੂੰ ਦਿਸਦਾ ਕੁਝ ਨਹੀਂ ਉਦਾਸੀ ਆਪਣੀ ਮਿਆਦ ਪੂਰੀ ਕਰਕੇ ਹੀ ਮੁੱਕਦੀ ਹੈ ਅਗਲੀ ਵਿਆਖਿਆ ਕਈ ਥਾਵਾਂ ਸ਼ਹਿਰਾਂ ਦੇਸ਼ਾਂ ਵਿੱਚ ਵੇਸਵਾਵਾਂ ਦੇ ਧੰਦੇ ਨੂੰ ਕਾਨੂੰਨੀ ਮੰਨਤਾ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਉੱਥੇ ਸੰਭੋਗ ਦੀ ਥੋੜ੍ਹਾ ਦਾ ਸ਼ਿਕਾਰ ਵਿਅਕਤੀਆਂ ਮਲਾਹਾਂ ਡਰਾਈਵਰਾਂ ਮੱਛੇਰਿਆਂ ਸਮੁੰਦਰੀ ਜਹਾਜ਼ਾਂ ਦੇ ਕਰਮਚਾਰੀਆਂ ਫੌਜੀਆ ਆਦਪੁਰਸ਼ਾਂ ਦੀ ਗਿਣਤੀ ਵਧੇਰੇ ਹੁੰਦੀ ਹੈ ਜੇ ਅਜੇ ਨਾ ਕੀਤਾ ਜਾਏ ਤਾਂ ਸੰਭੋਗ ਦੇ ਪੱਖੋਂ ਥੋੜੇ ਹੋਏ ਪੁਰਸ਼ ਸ਼ਰੀਫ ਔਰਤਾਂ ਦਾ ਬਲਾਤਕਾਰ ਕਰਨ ਲੱਗ ਪੈਂਦੇ ਹਨ ਹੁਣ ਵੇਸਵਾਵਾਂ ਦਾ ਧੰਦਾ ਹੋਰ ਧੰਦਿਆਂ ਵਾਂਗ ਹੀ ਇੱਕ ਧੰਦਾ ਮੰਨਿਆ ਜਾਂਦਾ ਹੈ ਪੈਰਿਸ ਤੇ ਰੋਮ ਵਿੱਚ ਸੰਸਾਰ ਭਰ ਦੇ ਯਾਤਰੀ ਆਉਂਦੇ ਹਨ ਇਹਨਾਂ ਸ਼ਹਿਰਾਂ 'ਚ ਹੋਰ ਦੇਸ਼ਾਂ ਦੇ ਮੁਕਾਬਲੇ ਵੇਸਵਾਵਾਂ ਦੀ ਗਿਣਤੀ ਵਧੇਰੇ ਹੈ ਔਰ ਕੋਈ ਝਗੜਾ ਜਾਂ ਸਮੱਸਿਆ ਸੁਣਨ ਚ ਨਹੀਂ ਆਉਂਦੀ ਕਿਉਂਕਿ ਵੇਸਵਾਵਾਂ ਦੇ ਧੰਦੇ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਤੇ ਇਸ ਧੰਦੇ ਨੂੰ ਨਿਯਮਬੱਧ ਕੀਤਾ ਜਾਂਦਾ ਹੈ। ਅਗਲੀ ਵਿਆਖਿਆ। ਦੇਸ਼ ਤੇ ਆਜ਼ਾਦ ਹੋਣ ਤੋਂ ਪਹਿਲੇ ਸਮੇਂ ਵਿੱਚ ਬਿਹਾਰ, ਬੰਗਾਲ, ਉੱਤਰ ਪ੍ਰਦੇਸ਼ ਤੇ ਕਈ ਹੋਰ ਰਾਜਾਂ 'ਚ ਜਦੋਂ ਕੋਈ ਜ਼ਗੀਰਦਾਰ ਜਾਂ ਪਤਵੰਤਾ ਵਿਅਕਤੀ ਮਰਦਾ ਸੀ ਤਾਂ ਰੋਣ ਤੇ ਵਿਰਲਾਪ ਕਰਨ ਲਈ ਸਿਆਪਾ ਕਰਨ ਤੇ ਵਹਿਣ ਫੋਣ ਲਈ ਮਹਾਰੀ स्त्री ਨੂੰ ਬੁਲਾਇਆ ਜਾਂਦਾ ਸੀ ਬਿਹਾਰ ਬੰਗਾਲ ਚ ਇਹਨਾਂ ਨੂੰ ਰੁਦਾਲੀਆਂ ਕਹਿੰਦੇ ਸੀ ਇਹ ਮਹਿਨਤਾਨਾ ਲੈ ਕੇ ਮਾਲਕਨ ਦੇ ਚਾਹੇ ਅਨੁਸਾਰ ਮਾਤਮ ਕਰਦੀਆਂ ਸੀ ਇਹ ਜਿੰਨਾ ਵਧੇਰੇ ਰੁਦਨ ਕਰਦੀਆਂ ਸੀ ਮਰਨ ਵਾਲੇ ਦਾ ਉਹਨਾਂ ਚਸ ਵਧਦਾ ਸੀ ਮਹਿਨਤਾਨਾ ਨਿਰਧਾਰਤ ਕਰਨ ਸਮੇਂ ਮਾਲਕਣਾ ਅਕਸਰ ਕਹਿੰਦੀਆਂ ਸੀ ਕਿ ਮਾਤਮ ਜਿਆ ਕਰਨਾ ਹੈ ਕਿ ਲੋਕ 50 ਸਾਲ ਯਾਦ ਰੱਖਣ ਇਹ ਰੁਦਾਲੀਆਂ ਜਾਂਦੀਆਂ ਤਾਂ ਰੋਣ ਪਿੱਟਣ ਸੀ ਪਰ ਮੁੜਦੇ ਆਏ ਹਸਦੀਆਂ ਖੇਡਦੀਆਂ ਆਉਂਦੀਆਂ ਸੀ ਧੰਨਵਾਦ